ਪਿੰਡ ਦੇ ਵਿੱਚ ਪੁੱਤਰਿਆ ਹੋਇਆ ਹਾਥੀ ਆਉਣ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਾਥੀ ਆਪਣੇ ਝੁੰਡ ਤੋਂ ਵੱਖ ਹੋ ਗਿਆ ਅਤੇ ਫਿਰ ਵੱਖ ਹੋਣ ਤੋਂ ਬਾਅਦ ਭਟਕਦਾ ਭਟਕਦਾ ਇਹ ਪਿੰਡ ਵੱਲ ਆ ਗਿਆ ਤੇ ਪਿੰਡ ਵਿੱਚ ਆਉਣ ਤੋਂ ਬਾਅਦ ਇਸਨੇ ਆਪਣਾ ਆਪਾ ਖੋ ਦਿੱਤਾ ਅਤੇ ਪਹਿਲਾਂ ਤਾਂ ਸੈਰ ਕਰਨ ਜਾ ਰਹੀ ਇੱਕ ਔਰਤ ਨੂੰ ਆਪਣੀ ਸੁੰਡ ਦੇ ਨਾਲ ਕਾਫੀ ਜ਼ੋਰਦਾਰ ਤਰੀਕੇ ਦੇ ਨਾਲ ਪਟਕਿਆ ਤੇ ਉਹ ਜ਼ਖਮੀ ਹੋਈ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਸਨੇ ਕਈ ਗਊਆਂ ਅਤੇ ਮੱਝਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਵੀ ਆਪਣੀ ਸੁੰਡ ਦੇ ਨਾਲ ਉਠਾ ਉਠਾ ਕੇ ਪਟਕਿਆ ਜਿਸ ਦੇ ਕਾਰਨ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਛੱਤੀਸਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੇ ਵਿੱਚ ਇੱਕ ਹਾਥੀ ਵੜਨ ਦੇ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੋ ਗਿਆ। ਜਿਵੇਂ ਪਿੰਡ ਵਾਸੀਆਂ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਲੋਕ ਬਾਈਕ ਚੁੱਕ ਕੇ ਆਪਣਾ ਇਸ ਨੂੰ ਦੇਖਣ ਦੇ ਲਈ ਪਹੁੰਚੇ ਅਤੇ ਕਈ ਬੰਦੇ ਇਸ ਨੂੰ ਖਦੇੜਨ ਦੇ ਲਈ ਜੰਗਲ ਦੇ ਵਿੱਚ ਚਲਾ ਜਾਵੇ ਇਸ ਦੇ ਮਗਰ ਮਗਰ ਦੌੜਦੇ ਨੇ। ਪਰ ਕਿਹਾ ਜਾ ਰਿਹਾ ਕਿ ਲੋਕਾਂ ਨੇ ਵੀ ਜੋ ਖਦੇੜਨ ਦੇ ਲਈ ਗਏ ਸੀ ਆਪਣੀ ਮੁਸ਼ਕਲ ਦੇ ਨਾਲ ਜਾਨ ਬਚਾਈ ਹੈ ਤੇ ਫਿਰ ਇਸ ਤੋਂ ਬਾਅਦ ਹੁਣ ਜੰਗਲਾਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਤੇ ਜੰਗਲਾਤ ਵਿਭਾਗ ਦੀਆਂ ਕਈ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਇਸ ਹਾਥੀ ਦੇ ਉੱਤੇ ਨਜ਼ਰ ਰੱਖ ਰਹੀਆਂ ਨੇ। ਜਿਵੇਂ ਇਹ ਪਿੰਡ ਦੇ ਵਿੱਚ ਵੜਨ ਲੱਗਦਾ ਤਾਂ ਇਸ ਨੂੰ ਪਰਾਂ ਨੂੰ ਹੱਕ ਦਿੱਤਾ ਜਾਂਦਾ ਤੇ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜੰਗਲ ਦੇ ਵੱਲ ਭੇਜਿਆ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਸਹਿਮ ਦਾ ਮਾਹੌਲ ਹੈ ਉਸਨੂੰ ਖਤਮ ਕੀਤਾ ਜਾ ਸਕੇ। ਤਾਂ ਇਸੇ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਹਾਥੀ ਹੈ ਉਹ ਪਿੰਡ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਉਤਪਾਤ ਮਚਾ ਰਿਹਾ, ਕਈ ਘਰਾਂ ਦੇ ਵਿੱਚ ਤੋੜ ਫੋੜ ਕੀਤੀ ਹੈ, ਕਈਆਂ ਦੀਆਂ ਝੋਪੜੀਆਂ ਨੂੰ ਢਾਹ ਦਿੱਤਾ ਅਤੇ ਇਸ ਦੇ ਨਾਲ ਹੀ ਇੱਕ ਔਰਤ ਦੇ ਉੱਤੇ ਵੀ ਇਸਨੇ ਹਮਲਾ ਕਰ ਦਿੱਤਾ ਅਤੇ ਕਈ ਪਸ਼ੂਆਂ ਦੇ ਉੱਤੇ ਵੀ ਇਸਨੇ ਅਟੈਕ ਕੀਤਾ। शहर से लगे कुशमुंडा भिलाई बाजार में झुंड से बिछड़ कर एक दंतैल हाथी रहवासी क्षेत्र में घुस आया है, जहां हाथी जमकर उत्पात मचा रहा है। हाथी को सड़क पर दौड़ता देख लोगों में दहशत का माहौल है। हाथी ने एक महिला के साथ चार मवेशियों को कुचल दिया है। मिली जानकारी के अनुसार बताया जा रहा है कि हाथी हरदी बाजार के रास्ते रलिया सरईपाली नर्सरी होते हुए करीब सुबह 5:30 बजे क्षेत्र में देखा गया था। गाँव में हाथी आने की जानकारी सुबह कुछ बाइक सवार ग्रामीणों को हुई। उन्होंने हाथी को खदेड़ने के लिए इसका पीछा किया। हाथी ग्राम रलिया के बाजार के पास बस्ती जाने वाले मुख्य मार्ग से गुजर रहा था। उसका सामना मॉर्निंग वॉक पर निकली गायत्री राठौर से हो गया। हाथी को एकाएक सामने देखकर गायत्री जब तक संभल पाती, हाथी ने उन्हें सुन से उठाकर पटक दिया और आगे बढ़ गया। हार्डवेयर दुकान के संचालक रामचंद्र राठौर की भाभी गायत्री राठौर का उपचार के लिए कोरबा लाया गया है। वहीं हाथी उत्पात मचाते हुए ग्राम खोड़री पहुंचा और चार मवेशी कुचल दिया। ग्रामवासी जान हथेली में रखकर हाथी को देखने निकल रहे हैं। सूचना मिलने पर विभाग के अधिकारी कर्मचारी मौके पर पहुंच गए हैं। लगातार हाथी की निगरानी की जा रही है। विभाग द्वारा लगातार प्रयास किया जा रहा है कि हाथी को रिहायशी क्षेत्र खदेड़ कर जंगल की ओर ले जाया जाए। ਪਿੰਡ ਦੇ ਵਿੱਚ ਪੁੱਤਰਿਆ ਹੋਇਆ ਹਾਥੀ ਆਉਣ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਾਥੀ ਆਪਣੇ ਝੁੰਡ ਤੋਂ ਵੱਖ ਹੋ ਗਿਆ ਅਤੇ ਫਿਰ ਵੱਖ ਹੋਣ ਤੋਂ ਬਾਅਦ ਭਟਕਦਾ ਭਟਕਦਾ ਇਹ ਪਿੰਡ ਵੱਲ ਆ ਗਿਆ ਅਤੇ ਪਿੰਡ ਵਿੱਚ ਆਉਣ ਤੋਂ ਬਾਅਦ ਇਸਨੇ ਆਪਣਾ ਆਪਾ ਖੋ ਦਿੱਤਾ ਅਤੇ ਪਹਿਲਾਂ ਤਾਂ ਸੈਰ ਕਰਨ ਜਾ ਰਹੀ ਇੱਕ ਔਰਤ ਨੂੰ ਆਪਣੀ ਸੁੰਡ ਦੇ ਨਾਲ ਕਾਫੀ ਜ਼ੋਰਦਾਰ ਤਰੀਕੇ ਦੇ ਨਾਲ ਪਟਕਿਆ ਤੇ ਉਹ ਜ਼ਖਮੀ ਹੋਈ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਸਨੇ ਕਈ ਗਊਆਂ ਅਤੇ ਮੱਝਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਵੀ ਆਪਣੀ ਸੁੰਡ ਦੇ ਨਾਲ ਉਠਾ ਉਠਾ ਕੇ ਪਟਕਿਆ ਜਿਸ ਦੇ ਕਾਰਨ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਦੱਸ ਦਈਏ ਕਿ ਛੱਤੀਸਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੇ ਵਿੱਚ ਇੱਕ ਹਾਥੀ ਵੜਨ ਦੇ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੋ ਗਿਆ। ਜਿਵੇਂ ਪਿੰਡ ਵਾਸੀਆਂ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਲੋਕ ਬਾਈਕ ਚੁੱਕ ਕੇ ਆਪਣਾ ਇਸ ਨੂੰ ਦੇਖਣ ਦੇ ਲਈ ਪਹੁੰਚੇ ਅਤੇ ਕਈ ਬੰਦੇ ਇਸ ਨੂੰ ਖਦੇੜਨ ਦੇ ਲਈ ਜੰਗਲ ਦੇ ਵਿੱਚ ਚਲਾ ਜਾਵੇ ਇਸ ਦੇ ਮਗਰ ਮਗਰ ਦੌੜਦੇ ਨੇ। ਪਰ ਕਿਹਾ ਜਾ ਰਿਹਾ ਕਿ ਲੋਕਾਂ ਨੇ ਵੀ ਜੋ ਖਦੇੜਨ ਦੇ ਲਈ ਗਏ ਸੀ ਆਪਣੀ ਮੁਸ਼ਕਲ ਦੇ ਨਾਲ ਜਾਨ ਬਚਾਈ ਹੈ ਤੇ ਫਿਰ ਇਸ ਤੋਂ ਬਾਅਦ ਹੁਣ ਜੰਗਲਾਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਤੇ ਜੰਗਲਾਤ ਵਿਭਾਗ ਦੀਆਂ ਕਈ ਟੀਮਾਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਇਸ ਹਾਥੀ ਦੇ ਉੱਤੇ ਨਜ਼ਰ ਰੱਖ ਰਹੀਆਂ ਨੇ। ਜਿਵੇਂ ਇਹ ਪਿੰਡ ਦੇ ਵਿੱਚ ਵੜਨ ਲੱਗਦਾ ਤਾਂ ਇਸ ਨੂੰ ਪਰਾਂ ਨੂੰ ਹੱਕ ਦਿੱਤਾ ਜਾਂਦਾ ਹੈ ਤੇ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜੰਗਲ ਦੇ ਵੱਲ ਭੇਜਿਆ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਜੋ ਸਹਿਮ ਦਾ ਮਾਹੌਲ ਹੈ ਉਸਨੂੰ ਖਤਮ ਕੀਤਾ ਜਾ ਸਕੇ। ਤਾਂ ਇਸੇ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਹਾਥੀ ਹੈ ਉਹ ਪਿੰਡ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਉਤਪਾਤ ਮਚਾ ਰਿਹਾ, ਕਈ ਘਰਾਂ ਦੇ ਵਿੱਚ ਤੋੜ ਫੋੜ ਕੀਤੀ ਹੈ, ਕਈਆਂ ਦੀਆਂ ਝੋਪੜੀਆਂ ਨੂੰ ਢਾਹ ਦਿੱਤਾ ਅਤੇ ਇਸ ਦੇ ਨਾਲ ਹੀ ਇੱਕ ਔਰਤ ਦੇ ਉੱਤੇ ਵੀ ਇਸਨੇ ਹਮਲਾ ਕਰ ਦਿੱਤਾ ਅਤੇ ਕਈ ਪਸ਼ੂਆਂ ਦੇ ਉੱਤੇ ਵੀ ਇਸਨੇ ਅਟੈਕ ਕੀਤਾ। शहर से लगे कुशमुंडा भिलाई बाजार में झुंड से बिछड़ कर एक दंतैल हाथी रहवासी क्षेत्र में घुस आया है, जहां हाथी जमकर उत्पात मचा रहा है। हाथी को सड़क पर दौड़ता देख लोगों में दहशत का माहौल है। हाथी ने एक महिला के साथ चार मवेशियों को कुचल दिया है। मिली जानकारी के अनुसार बताया जा रहा है कि हाथी हरदी बाजार के रास्ते रलिया सरईपाली नर्सरी होते हुए करीब सुबह 5:30 बजे क्षेत्र में देखा गया था। गाँव में हाथी आने की जानकारी सुबह
कुछ बाइक सवार ग्रामीणों को हुई। उन्होंने हाथी को खदेड़ने के लिए इसका पीछा किया। हाथी ग्राम रैलिया के बाजार के पास बस्ती जाने वाले मुख्य मार्ग से गुजर रहा था। उसका सामना मॉर्निंग वॉक पर निकली गायत्री राठौर से हो गया। हाथी को एकाएक सामने देखकर गायत्री जब तक संभल पाती, हाथी ने उन्हें सुन से उठाकर पटक दिया और आगे बढ़ गया। हार्डवेयर दुकान के संचालक रामचंद्र राठौर की भाभी गायत्री राठौर का उपचार के लिए कोरबा लाया गया है। वहीं हाथी उत्पात मचाते हुए ग्राम खोड़ी पहुंचा और चार मवेशी कुचल दिया। ग्रामवासी जान हथेली में रखकर हाथी को देखने निकल रहे हैं। सूचना मिलने पर विभाग के अधिकारी कर्मचारी मौके पर पहुंच गए हैं। लगातार हाथी की निगरानी की जा रही है। विभाग द्वारा लगातार प्रयास किया जा रहा है कि हाथी को रिहायशी क्षेत्र खदेड़ कर जंगल की ओर ले जाया जाए।